ਮੇਲੇ ਦੇ ਦੌਰਾਨ ਝੂਲਾ ਡਿੱਗਿਆ ਔਰ ਦੋ ਮਹਿਲਾਵਾਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਨੇ। ਹਾਦਸੇ ਤੋਂ ਬਾਅਦ ਦੱਸ ਦਈਏ ਕਿ ਮੇਲਾ ਪ੍ਰਬੰਧਕ ਫਰਾਰ ਹੈ ਤਾਂ ਵੱਡੀ ਖਬਰ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਔਰ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਇਸ ਕਿਸਮ ਦੇ ਨਾਲ ਕੋਈ ਝੂਲਾ ਕਿਸੇ ਮੇਲੇ ਦੇ ਵਿੱਚ ਜਾਂ ਫਿਰ ਜਿੱਥੇ ਵੀ ਝੂਲੇ ਲੱਗੇ ਹੁੰਦੇ ਨੇ, ਅਮੂਮਨ ਤੌਰ ਤੇ ਪਰਮਾਨੈਂਟ ਵੀ ਲੱਗੇ ਹੁੰਦੇ ਨੇ, ਉੱਥੇ ਨਾ ਡਿੱਗਿਆ ਹੋਵੇ ਤਾਂ ਬਹੁਤ ਸਾਰੀਆਂ ਤਸਵੀਰਾਂ ਇਸ ਤੋਂ ਪਹਿਲਾਂ ਕਈ ਵਾਰ ਸਾਹਮਣੇ ਆਈਆਂ ਨੇ, ਭਾਵੇਂ ਉਹ ਵਿਦੇਸ਼ ਤੋਂ ਹੋਣ, ਭਾਵੇਂ ਉਹ ਆਪਣੇ ਦੇਸ਼ ਦੇ ਵਿੱਚ ਹੋਣ, ਔਰ ਕਈ ਵਾਰ ਦੇਖਿਆ ਗਿਆ ਕਿ ਨੁਕਸਾਨ ਵੀ ਜਿਹੜਾ ਬੇਹੱਦ ਜ਼ਿਆਦਾ ਹੋਇਆ ਤਾਂ ਝੂਲਾ ਡਿੱਗਿਆ ਹੈ। ਪਟਿਆਲਾ ਦੇ ਵਿੱਚ, ਪਟਿਆਲਾ ਤੋਂ ਇਹ ਖਬਰ ਹੈ, ਮੇਲੇ ਦੇ ਵਿੱਚ ਦੱਸਦੀ ਕਿ ਅਕਸਰ ਲੋਕ ਜਾਂਦੇ ਨੇ ਆਪਣੇ ਪਰਿਵਾਰਾਂ ਦੇ ਸਮੇਤ ਤਾਂ ਕਿ ਥੋੜ੍ਹਾ ਸਮਾਂ ਮਨੋਰੰਜਨ ਹੋ ਸਕੇ, ਬੱਚਿਆਂ ਦੇ ਨਾਲ ਜਿਹੜਾ ਹੈ ਉਹ ਥੋੜ੍ਹਾ ਆਊਟਿੰਗ ਹੋ ਸਕੇ, ਪਰ ਇਸ ਕਿਸਮ ਦੇ ਹਾਦਸੇ ਜਿਹੜੇ ਨੇ ਚਿੰਤਾ 'ਚ ਪਾ ਦਿੰਦੇ ਨੇ। ਮਨੋਜ ਸ਼ਰਮਾ ਨੇ ਮੇਰੇ ਸਹਿਯੋਗੀ ਫੋਨ ਲਾਈਨ 'ਤੇ, ਮਨੋਜ ਕਿਹੜਾ ਝੂਲਾ ਟੁੱਟਿਆ ਹੈ ਔਰ ਕੀ ਕੁਝ ਪੂਰੀ ਜਾਣਕਾਰੀ ਹੈ? ਗੁਰਜੋਤ, ਮੈਂ ਦੱਸਦਾ ਕਿ ਜਿਹੜਾ ਰਾਜਪੁਰਾ ਰੋਡ ਹੈ, ਇੱਥੇ ਇੱਕ ਜਗ੍ਹਾ ਦੇ ਉੱਪਰ ਇਹ ਫਨ ਫੇਅਰ ਲਾਇਆ ਗਿਆ ਫਿਸ਼ ਕਾਰਨੀਵਾਲ, ਤੇ ਉਸ ਦੇ ਵਿੱਚ ਇੱਕ 4 ਫੁੱਟ ਤੋਂ ਲੈ ਕੇ 8-9 ਫੁੱਟ ਦੀ ਉਚਾਈ ਤੱਕ ਜਾਣ ਵਾਲਾ ਇੱਕ ਝੂਲਾ ਹੁੰਦਾ ਹੈ, ਜਹਾਜ਼ ਟਾਈਪ ਹੁੰਦਾ, ਯਾਨੀ ਕਿ ਉਹਦੇ ਵਿੱਚ ਦੋ ਬੰਦੇ ਬਹਿੰਦੇ ਨੇ ਤੇ ਉਹ ਕਦੇ ਉੱਪਰ ਕਦੇ ਥੱਲੇ ਜਾ ਕੇ ਘੁੰਮਦਾ, ਯਾਨੀ ਕਿ ਬੜੀ ਤੇਜ਼ੀ ਦੇ ਨਾਲ ਉਹ ਘੁੰਮਦਾ। ਤੇ ਜਿਹੜਾ ਹਾਦਸਾ ਹੋਇਆ ਇਸੇ ਨਾਲ ਹੋਇਆ ਕਿ ਜਦੋਂ ਉਹ ਗੋਲ ਘੁੰਮਦਾ ਗੁਰਜੋਤ ਤਾਂ ਇੱਕਦਮ ਟੇਢਾ ਹੋ ਜਾਂਦਾ ਥੋੜਾ ਜਿਹਾ, ਪਰ ਜਿਹੜੀ ਰਾਤ ਘਟਨਾ ਹੋਈ ਉਹਦੇ ਵਿੱਚ ਉਹ ਲਗਭਗ 80% ਹੇਠਾਂ ਘੁੰਮ ਗਿਆ, ਜਿਹਦੇ ਨਾਲ ਉਹਦੇ ਵਿੱਚ ਜਿਹੜੀ ਦੋ ਲੇਡੀਜ਼ ਬੈਠੀਆਂ ਸੀ, ਦੋ ਔਰਤਾਂ ਬੈਠੀਆਂ ਸੀ, ਉਹ ਹੇਠਾਂ ਡਿੱਗਦੀਆਂ ਨੇ ਤੇ ਜ਼ਖਮੀ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਉਹਨਾਂ ਨੂੰ ਫੌਰਨ ਇੱਕ ਨਿੱਜੀ ਹਸਪਤਾਲ 'ਚ ਲਿਜਾਇਆ ਜਾਂਦਾ, ਜਿੱਥੇ ਇੱਕ ਦੀ ਹਾਲਤ ਤਾਂ ਠੀਕ, ਉਹਨਾਂ ਨੂੰ ਤਾਂ ਛੁੱਟੀ ਮਿਲ ਗਈ ਹੈ, ਪਰ ਜਿਹੜੇ ਦੂਸਰੇ ਨੇਗੇ ਉਹਨਾਂ ਦਾ ਫਿਲਹਾਲ ਇਲਾਜ ਚੱਲ ਰਿਹਾ। ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਰੀੜ੍ਹ ਦੀ ਹੱਡੀ ਉਹਦੇ ਵਿੱਚ ਫ੍ਰੈਕਚਰ ਆਇਆ ਤੇ ਉਹਨਾਂ ਨੂੰ ਲਗਭਗ 2 ਮਹੀਨੇ ਤੱਕ ਇਲਾਜ ਕਰਵਾਉਣਾ ਪਏਗਾ। ਸੋ ਆਪ ਦੇ ਆਪ 'ਚ ਕਈ ਸਵਾਲ ਖੜੇ ਹੁੰਦੇ ਨੇ। ਦੂਜੀ ਗੱਲ ਗੁਰਜੋਤ, ਮੈਂ ਦੱਸ ਦਿਆਂ ਕਿ ਜਦੋਂ ਇਸ ਤਰ੍ਹਾਂ ਦੇ ਮੇਲੇ ਲੱਗਦੇ ਨੇ ਤਾਂ ਉਹਨਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਐਨਓਸੀਜ਼ ਦੇ ਸਰਟੀਫਿਕੇਟ ਦੀ ਲੋੜ ਹੁੰਦੀ ਹੈ ਇਸੇ ਇਹਨਾਂ ਨੂੰ ਲਗਾਉਣ ਦੇ ਲਈ। ਪਰ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਬੇਸ਼ੱਕ ਉਹ ਜਿਹੜੇ ਉੱਥੇ ਦੇ ਕੋਈ ਵੀ ਮੈਨੇਜਰ ਜਾਂ ਅਧਿਕਾਰੀ ਹੈਗਾ ਉਹ ਨਹੀਂ ਮਿਲਿਆ ਸਾਨੂੰ, ਪੁਲਿਸ ਜ਼ਰੂਰ ਆਈ ਸੀ, ਪੁਲਿਸ ਮੌਕੇ 'ਤੇ ਪਹੁੰਚੀ ਹੈ, ਪਰ ਗੁਰਜੋਤ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੌਕੇ ਕੋਈ ਵੀ ਉਹਦਾ ਪ੍ਰਬੰਧਕ ਸਾਨੂੰ ਉੱਥੇ ਨਹੀਂ ਮਿਲਿਆ। ਤੇ ਸਾਫ਼ ਹੈ ਕਿ ਜਿਹੜੇ ਉੱਥੇ ਪ੍ਰਬੰਧ ਕੀਤੇ ਗਏ ਸੀ ਉਹਦੇ ਵਿੱਚ ਵੀ ਐਗਜ਼ਿਟ ਗੇਟ ਹੈ ਜਾਂ ਅੱਗ ਬੁਝਾਊ ਯੰਤਰ ਨੇ ਉਹ ਵੀ ਸਹੀ ਤਰੀਕੇ ਨਾਲ ਨਹੀਂ ਹੈਗੇ ਸੀ, ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅਧਿਕਾਰੀਆਂ ਨੇ ਗੱਲ ਉੱਥੇ ਆ ਕੇ ਮੰਨੀ ਹੈ ਕਿ ਜੇ ਹਾਦਸਾ ਹੁੰਦਾ ਤਾਂ ਜਿਹੜੀਆਂ ਲੋਹੇ ਦੀਆਂ ਚਾਦਰਾਂ ਨੇ ਉਹਨਾਂ ਦੇ ਵਿੱਚ ਇੱਕ ਰਸਤਾ ਰੱਖਣਾ ਸੀ। ਸੋ ਫਿਲਹਾਲ ਤਾਂ ਝੂਲੇ ਤੋਂ ਡਿੱਗਣ ਦੀ ਗੱਲ ਦਾ ਹਾਦਸਾ ਸਾਹਮਣੇ ਆਇਆ, ਪਰ ਜੇਕਰ ਉੱਥੇ ਕੋਈ ਹੋਰ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਹਦੇ ਵਾਸਤੇ ਵੀ ਜਿਹੜੇ ਪ੍ਰਬੰਧ ਨੇ ਉੱਥੇ ਨਾਕਾਫੀ ਨੇ, ਤੇ ਇਸੇ ਕਰਕੇ ਪ੍ਰਸ਼ਾਸਨ ਨੂੰ ਵੀ ਇਸ ਪਾਸੇ ਗੌਰ ਕਰਨਾ ਚਾਹੀਦਾ ਕਿ ਇਸ ਤਰ੍ਹਾਂ ਦੀ ਅੱਗੇ ਤੋਂ ਘਟਨਾ ਨਾ ਹੋਵੇ। ਤੇ ਜਿਹੜਾ ਪੀੜਤ ਪਰਿਵਾਰ ਹੈ ਉਹ ਬੇਸ਼ੱਕ ਕੈਮਰੇ ਦੇ ਸਾਹਮਣੇ ਨਹੀਂ ਆਏ, ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਝੂਲੇ ਨੇ ਘੱਟੋ ਘੱਟ ਇਹਨਾਂ ਝੂਲਿਆਂ ਨੂੰ ਉੱਥੇ ਪ੍ਰਵਾਨਗੀ ਦੇਣ ਤੋਂ ਪਹਿਲਾਂ ਸੋਚਿਆ ਜਾਣਾ ਚਾਹੀਦਾ ਸੀ ਕਿਉਂਕਿ ਗੁਰਜੋਤ ਜਿਹੜੀ ਉਹ ਮਸ਼ੀਨ ਉਹਨੂੰ ਆਪਰੇਟ ਕਰਦੀ ਹੈ ਉਸ ਝੂਲੇ ਨੂੰ, ਉਹਦਾ ਜਿਹੜੀ ਕਰੰਟ ਦੀਆਂ ਤਾਰਾਂ ਨੇ ਉਹ ਵੀ ਬਿਲਕੁਲ ਨੰਗੀਆਂ ਸੀ, ਤੇ ਕਈ 100 ਵੋਲਟੇਜ ਜਿਹੜੀ ਉਹ ਪਾਵਰ ਹੈ ਉਹਦੇ ਜਿਹੜੇ ਬਾਕਸ ਸੀ ਉਹ ਵੀ ਬਿਲਕੁਲ ਨੰਗੇ ਸੀ, ਕੋਈ ਉਹਦੇ ਬੈਰੀਕੇਡਿੰਗ ਨਹੀਂ। ਤੇ ਗੁਰਜੋਤ ਰੱਬ ਨਾ ਕਰੇ ਕਿ ਕੋਈ ਬੱਚਾ ਉਸ ਜਗ੍ਹਾ ਕਰੰਟ ਵੱਲ ਚਲਾ ਜਾਵੇ ਤਾਂ ਉੱਥੇ ਵੀ ਨੁਕਸਾਨ ਹੋ ਸਕਦਾ। ਜੀ, ਫਿਲਹਾਲ ਮੇਲੇ ਨੂੰ ਬੰਦ ਕਰਾ ਦਿੱਤਾ ਗਿਆ, ਰੋਕ ਲਗਾ ਦਿੱਤੀ ਗਈ ਹੈ? ਜੀ ਨਹੀਂ, ਕੋਈ ਰੋਕ ਨਹੀਂ ਲਗਾਈ ਗਈ। ਜਦੋਂ ਮੀਡੀਆ ਤੇ ਪੁਲਿਸ ਉੱਥੇ ਪਹੁੰਚਦੀ ਹੈ, ਹੋਰ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਸੀ ਪਹੁੰਚਿਆ ਦੇਰ ਰਾਤ ਤੱਕ, ਤਾਂ ਉਹ ਜਿਹੜੇ ਝੂਲੇ ਵਾਲਾ ਉਹਦਾ ਇੱਕ ਅਲੱਗ ਹਿੱਸਾ ਸੀਗਾ ਉਸ ਨੂੰ ਬੰਦ ਕਰਕੇ ਲਾਈਟਾਂ ਬੁਝਾ ਕੇ ਜਿਹੜੇ ਉੱਥੇ ਦੇ
ਆਪਰੇਟਰ ਸੀਗੇ ਉੱਥੋਂ ਫਰਾਰ ਹੋ ਗਏ, ਯਾਨੀ ਕਿ ਭੱਜ ਗਏ ਕਿ ਕੋਈ ਮੀਡੀਆ ਦੇ ਸਾਹਮਣੇ ਬੋਲਣਾ ਨਾ ਪਵੇ। ਸੋ ਆਪ ਦੇ ਆਪ ਚ ਗੁਰਜੋਤ ਸਵਾਲ ਇਹਨੇ ਕਿ ਅੱਜ ਪ੍ਰਸ਼ਾਸਨ ਉੱਥੇ ਕੀ ਕਾਰਵਾਈ ਕਰਦਾ, ਕਿਉਂਕਿ ਜ਼ਖਮੀ ਹੋਣਾ ਵੀ ਇੱਕ ਬੜੀ ਮੰਦਭਾਗੀ ਗੱਲ ਹੈ, ਤੇ ਰੱਬ ਨਾ ਕਰੇ ਕੋਈ ਦੂਸਰੇ ਜਿਹੜੇ ਉਚਾਈ ਵਾਲੇ ਝੂਲੇ ਨੇ ਤੇ ਉਹਨਾਂ ਦੇ ਉੱਪਰ ਜਿਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਆਪ ਦੇ ਆਪ ਚ ਪ੍ਰਸ਼ਾਸਨ ਦੇ ਉੱਪਰ ਹੀ ਸਵਾਲ ਉੱਠਣਗੇ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਮਨੋਜ ਫਿਲਹਾਲ ਤਮਾਮ ਜਾਣਕਾਰੀ ਲਈ। ਤਾਂ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਇਹ ਤਸਵੀਰਾਂ ਦਿਖਾ ਰਿਹਾ ਔਰ ਇਹੀ ਉਹ ਝੂਲਾ ਹੈ ਜੋ ਮਨੋਜ ਨੇ ਜਾਣਕਾਰੀ ਦਿੱਤੀ ਹੈ। ਮੁਮਨ ਤੌਰ ਤੇ ਅਸੀਂ ਵੇਖਦੇ ਹਾਂ ਕਿ ਪੂਰੀ ਰਫਤਾਰ ਦੇ ਨਾਲ ਗੋਲ ਗੋਲ ਘੁੰਮਦਾ ਹੈ ਝੂਲਾ ਜਹਾਜ਼, ਜਾਂ ਕਈ ਵਾਰ ਅਸੀਂ ਦੇਖਦੇ ਹਾਂ ਕੱਪ ਪਲੇਟ ਦੀ ਸ਼ੇਪ ਜਿਹੜੀ ਹੈ ਉਹਨਾਂ ਝੂਲਿਆਂ ਦੀ ਬਣੀ ਹੁੰਦੀ ਹੈ, ਉਸ ਕਿਸਮ ਦਾ ਇਹ ਝੂਲਾ ਹੈ। ਪਰ ਜ਼ਿਆਦਾ ਟੇਢਾ ਹੋ ਗਿਆ ਹੈ ਔਰ ਇੱਕ ਮਹਿਲਾ ਦੀ ਤਾਂ ਰੀੜ੍ਹ ਦੀ ਹੱਡੀ 'ਤੇ ਸੱਟ ਲੱਗੀ ਹੈ, ਯਾਨੀ ਕਿ ਬਹੁਤ ਵੱਡਾ ਸਾਰੀ ਉਮਰ ਦੇ ਲਈ ਜਿਹੜਾ ਨੁਕਸਾਨ ਹੈ ਉਸਦਾ ਹੋਇਆ ਹੈ। ਇੱਕ ਨੂੰ ਜਿਹੜੀ ਹੈ ਜ਼ਰੂਰ ਛੁੱਟੀ ਮਿਲ ਗਈ ਹੈ, ਉਹ ਠੀਕ ਹੈ, ਪਰ ਦੂਸਰੀ ਮਹਿਲਾ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਔਰ ਦੋ ਮਹਿਲਾਵਾਂ ਨੇ ਇਹ ਜਿਹੜੀਆਂ ਇਸ ਝੂਲੇ ਦੇ ਵਿੱਚ ਬੈਠੀਆਂ ਹੋਈਆਂ ਸਨ ਜਦੋਂ ਉਹਨਾਂ ਦਾ ਨੁਕਸਾਨ ਹੋਇਆ। ਔਰ ਜਿਵੇਂ ਮਨੋਜ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਪ੍ਰਬੰਧਕ ਫਿਲਹਾਲ ਕੋਈ ਨਜ਼ਰ ਨਹੀਂ ਆਇਆ, ਉੱਥੋਂ ਫਰਾਰ ਹੈ। ਪੁਲਿਸ ਮੌਕੇ 'ਤੇ ਜ਼ਰੂਰ ਪਹੁੰਚ ਗਈ ਸੀ।